ਤੁਹਾਡਾ ਸਵਾਗਤ ਹੈ ਸਾਰਿਆਂ ਦਾ ਦਿੱਲੀ ਦੀ ਸੜਕਾਂ ਦੇ ਉੱਤੇ। ਦਿੱਲੀ ਦੀ ਸੜਕਾਂ ਫਿਰ ਹਾਲੇ ਭਰੀਆਂ ਹੋਈਆਂ ਨੇ ਗੱਜ, ਦਿੱਲੀ ਦਾ ਬਹੁਤ ਬੁਰਾ ਹਾਲ ਹੈ। ਕੋਵਿਡ ਦਿੱਲੀ ਦੇ ਵਿੱਚ ਬੜੀ ਤਕਲੀਫ ਨਾਲ ਆਇਆ ਹੈ। ਸਾਰੇ ਕਲੱਬ ਨੇ, ਪੱਬ ਨੇ, ਰਾਜੌਰੀ ਗਾਰਡਨ 'ਚ ਬੜੇ ਫੇਮਸ ਕਲੱਬ ਨੇ, ਇੱਥੇ ਬਹੁਤ ਸਾਰੀਆਂ ਪਾਰਟੀਜ਼ ਹੁੰਦੀਆਂ ਨੇ, ਹੈ ਨਾ। ਅਤੇ ਜੰਗਲ ਰੈਸਟੋਰੈਂਟ ਆ, ਬਹੁਤ ਮਸ਼ਹੂਰ ਆ ਭਾਈ। ਵਿਦਾਊਟ ਕਰਫਿਊ, ਇਹ ਕਰਫਿਊ ਲਗਾ ਹੁਆ ਹੈ, ਕਰਫਿਊ ਜੋ ਹੈ ਵਿਦਾਊਟ ਜੋ ਪਾਸ ਹੈ ਉਸਕੇ ਬਗੈਰ ਮਤ ਨਿਕਲਣਾ, ਬਗੈਰ ਨਿਕਲੋਗੇ ਪੁਲਿਸ ਵਾਲੇ ਪਕੜ ਲੈਂਗੇ, ਪਕੜਨੇ ਕੇ ਬਾਅਦ ਭਈਆ ਚਲਾਨ ਕਾਟੇਂਗੇ, ਕਮ ਸੇ ਕਮ 2000 ਰੁਪਏ ਕਾ ਚਲਾਨ ਹੈ, ਤੋ ਛੋੜਤਾ ਕੋਈ ਵੀ ਨਹੀਂ ਹੈ। ਇਸ ਲਈ ਵਿਦਾਊਟ ਕਰਫਿਊ ਪਾਸ ਕੇ ਬਗੈਰ ਮਤੀ ਨਿਕਲਣਾ, ਚਾਹੇ ਦੁਨੀਆ ਨਿਕਲ ਰਹੀ ਹੈ ਭਾਈ, ਮਜਬੂਰੀ ਹੈ, ਸਭ ਨਿਕਲ ਵੀ ਰਹੇ ਹੈ, ਤੋ ਠੀਕ ਹੈ ਕੋਈ ਬਾਤ ਨਹੀਂ, ਬਟ ਥੋੜ੍ਹਾ ਸਾ ਕੇਅਰਫੁਲੀ ਹੋ ਕੇ ਨਿਕਲਣਾ, ਹੈ ਨਾ। ਹਾਂਜੀ, ਕੈਸੇ ਹੋ, ਵੈਲਕਮ ਬੈਕ ਟੂ ਮਾਈ ਚੈਨਲ ਕ੍ਰਾਂਤੀਵਾ ਵਰਲਡ। ਔਰ ਸਭ ਠੀਕ ਠਾਕ ਹੋ, ਸਭ ਅੱਛੇ ਹੋ ਗਏ ਯਾਰ? ਮੈਂ ਤਾਂ ਬੜੀ ਮੁਸ਼ਕਿਲ ਸੇ ਨਿਕਲਾ ਹੂੰ, ਐਮਰਜੈਂਸੀ ਥੀ ਇਸ ਲਈ ਨਿਕਲਾ ਮੈਂ ਘਰ ਸੇ ਬਾਹਰ, ਔਰ ਮੈਂ ਆਪਕੋ ਆਗੇ ਕੇ ਦਿਖਾਊਂਗਾ ਦਿੱਲੀ ਕਾ ਕੈਸੇ ਕੈਸੇ ਹੈ, ਕਿਆ ਹਾਲ ਹੈ, ਨਿਕਲਣਾ ਚਾਹੀਏ ਨਹੀਂ ਨਿਕਲਣਾ ਚਾਹੀਏ। ਤੋ ਮੈਂ ਤਾਂ ਅਵੋਇਡ ਹੀ ਕਰੂੰਗਾ ਕਿ ਮਤ ਨਿਕਲਣਾ ਯਾਰ, ਬਹੁਤ ਜ਼ਿਆਦਾ ਰਿਸਕੀ ਹੋ ਰੱਖਿਆ, ਔਰ ਦਿੱਲੀ ਕੀ ਸੜਕੇ ਬਿਲਕੁਲ ਹੀ ਖਾਲੀ ਹੋ ਰੱਖੀ। ਇੱਥੇ ਤਾਂ ਕਰਕੇ ਉਹ ਕੋਵਿਡ ਲਾਤਾ, ਲੋਕਡਾਊਨ ਲੱਗ ਗਿਆ।
ਵਲੌਗ ਬਣਾਉਣ ਨੂੰ ਕੁਛ ਹੈ ਨਹੀਂ ਸੀ ਮੇਰੇ ਕੋਲ ਅਤੇ ਮੈਂ ਕਿਹਾ ਅੱਜ ਨਿਕਲਿਆ ਘਰੋਂ ਬਾਹਰ ਅਤੇ ਫਿਰ ਮੈਂ ਵਲੌਗ ਹੀ ਬਣਾ ਲਾ ਹੈ ਨਾ ਘਰੇ ਬਹਿ ਕੇ ਬੰਦਾ ਕੀ ਵਲੌਗ ਬਣਾਏਗਾ ਯਾਰ ਕੀ ਦਿਖਾਏਗਾ ਘਰੇ ਬਹਿ ਕੇ ਕੁਛ ਦਿਖਾਉਣ ਨੂੰ ਤਾਂ ਹੈ ਨਹੀਂ ਘਰੇ ਬਹਿ ਕੇ ਅਤੇ ਮੈਂ ਇਸੇ ਕਰਕੇ ਜੇ ਬਾਹਰ ਨਿਕਲਿਆ ਤਾਂ ਵਲੌਗ ਬਣਾਉਂਦੇ ਨੇ ਦੋ ਚਾਰ ਪੰਜ ਮਿੰਟ ਦਾ ਦੇਖ ਲਓ ਤੁਸੀਂ ਵੀ ਦਿੱਲੀ 'ਚ ਕੀ ਚੱਲਦਾ ਜਿਹੜੇ ਲੋਕ ਬਾਹਰ ਨਹੀਂ ਨਿਕਲ ਰਹੇ ਉਹਨੂੰ ਉਹ ਦੇਖਣ ਕਿ ਦਿੱਲੀ 'ਚ ਬਾਹਰ ਨਿਕਲਿਆ ਜਾਵੇ ਅਤੇ ਕਿੱਦਾਂ ਨਿਕਲਿਆ ਜਾਵੇ ਬਾਈ ਮੈਂ ਬੱਚਿਆਂ 2000 ਰੁਪਏ ਚਲਾਨ ਕੱਢਣ ਲੱਗੇ ਸੀ ਮੈਂ ਦੁੱਧ ਜੋੜ ਕੇ ਆਇਆ ਮੈਂ ਕਿਹਾ ਜੋੜ ਮੈਂ ਜਾਣ ਦਿਓ ਯਾਰ ਗਰੀਬ ਬੰਦਾ ਮੈਂ ਇਨਸਾਨ ਗਰੀਬ ਹੈ ਮੈਂ ਮੇਰੀ ਨੌਕਰੀ ਨਹੀਂ ਮੈਂ ਕਿਹਾ ਮੇਰੀ ਕੁਛ ਨਹੀਂ ਜਾਣ ਦਿਓ ਬੜੀ ਮੁਸ਼ਕਿਲ ਬਚਿਆ ਸਾਰੀ ਜਗ੍ਹਾ ਨਹੀਂ ਖੜੇ ਖੜੇ ਨੇ ਪਰ ਯਾਰ ਉਹ ਵੀ ਤਾਂ ਸਾਡੀ ਸੇਫਟੀ ਲਈ ਖੜੇ ਨੇ ਯਾਰ ਸਾਡੀ ਸੇਫਟੀ ਲਈ ਖੜੇ ਨੇ ਸੇਫਟੀ ਵਰਤੋਂ ਜਿੰਨਾ ਵਰਤੋਂ ਜ਼ਿਆਦਾ ਵਧੀਆ ਬਾਬਾ ਜੀ ਸਾਰਿਆਂ ਨੂੰ ਠੀਕ ਰੱਖੋ ਸਾਰਿਆਂ ਦੀ ਉਮੀਦ ਰੱਖੋ कहाँ से है भाई साउथ टेक्स से बड़े बड़े शोरूम है भाई यहाँ पे ना बहुत बढ़िया बड़े शोरूम है नाम भी नहीं सुनाओगे वो बड़े शोरूम है यहाँ पे दिल्ली का साउथ टेक्स है और एक प्लेन हॉस्पिटल मार्केट ये जो साउथ एक्स था यहाँ पे रात के टाइम पे इतना अच्छा एटमॉस्फेयर होता है इतना बढ़िया एटमॉस्फेयर होता है कि नाइट आउट जिसने करनी हो उसके लिए अच्छा है यहाँ पे घूमना बाय वॉक पैदल ही घूमने के लिए अच्छा है उसके लिए ना तो अभी तो सारा खाली है सब कुछ बंद है बड़े बड़े बढ़िया बढ़िया शोरूम है यहाँ पे तो सब कुछ है अभी तो बंद है सब ठीक है दोस्तों दिल्ली दर्शन में अभी इतना ही दिल्ली लॉकडाउन है फुली लॉकडाउन है तो बाहर मैं सजेस्ट यही करूँगा कि बाहर ना ही निकलो और अगर बाहर निकलो तो बी केयरफुल उसके लिए केयरफुल रहें अपना पास वगैरह लेके निकलें अदरवाइज मत ही निकलना क्योंकि नुकसान अपना ही है यार है ना कोई भी आपको हमदर्दी नहीं दिखाएगा कोई भी कुछ नहीं करेगा तो इसलिए अवॉइड ही करना एमरजेंसी हो बहुत ज़्यादा तो ही निकलना चलो इस ब्लॉग को यहीं ख़त्म करते हैं मिलते हैं फिर होपफुली ये सारा कुछ खुल जाए तो फिर एक अच्छे से ब्लॉग के लिए ब्लॉग बनाऊँ मैं आपको ब्लॉग दिखाऊँ मैं तो होपफुली